हेलो स्टूडेंट्स इन दिस लेक्चर वी डिस्कस लॉ ऑफ मार्जिनल यूटिलिटी बेसिकली यूटिलिटी एनालिसिस ਦੇ ਦੋ ਮੇਨ ਲਾ ਆ ਫਰਸਟ ਵਨ ਹੈਗਾ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਐਂਡ ਸੈਕੰਡ ਇਜ਼ ਲਾ ਆਫ ਇਕੁਅਲ ਮਾਰਜਨਲ ਯੂਟਿਲਿਟੀ ਅੱਜ ਦੇ ਇਸ ਲੈਕਚਰ ਵਿੱਚ ਅਸੀਂ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਨੂੰ ਡਿਟੇਲਡ ਵਿੱਚ ਸਟੱਡੀ ਕਰਾਂਗੇ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਹੁੰਦਾ ਕੀ ਹੈ ਲॉ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਹੁੰਦਾ ਹੈ ਕਿ ਜਦੋਂ ਕੋਈ ਕੰਜ਼ਿਊਮਰ ਕਿਸੇ ਕਾਮੋਡੀਟੀ ਦੀ ਐਡੀਸ਼ਨਲ ਯੂਨਿਟ ਨੂੰ ਕੰਜ਼ਿਊਮ ਕਰਦਾ ਜਾਂਦਾ ਹੈ ਤੇ ਹਰ ਇੱਕ ਨੈਕਸਟ ਯੂਨਿਟ ਤੋਂ ਜਿਹੜੀ ਯੂਟਿਲਿਟੀ ਮਿਲਦੀ ਜਾਂਦੀ ਆ ਉਹ ਡਿਕਰੀਸ ਕਰਦੀ ਜਾਂਦੀ ਆ ਉਹਨੂੰ ਕੀ ਕਹਿੰਦੇ ਆ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਨੂੰ ਗੋਸੇਨਸ ਫਰਸਟ ਲਾਅ ਵੀ ਬੋਲਿਆ ਜਾਂਦਾ ਹੈ ਇਸ ਨੂੰ ਲਾਅ ਆਫ ਇਵੈਂਚੁਅਲੀ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਵੀ ਕਿਹਾ ਜਾਂਦਾ ਹੈ ਨੈਕਸਟ ਇਜ਼ ਅਸੰਪਸ਼ਨਸ ਇਹ ਲਾਅ ਕੁਝ ਕੁਝ ਅਸੰਪਸ਼ਨਸ ਦੇ ਬੇਸਿਸ ਤੇ ਬਣਾਇਆ ਗਿਆ ਆ ਅਗਰ ਇਹ ਇਨਾਂ ਲਾਅਸ ਜੇ ਅਗਰ ਇਹ ਅਸੰਪਸ਼ਨਸ ਨਹੀਂ ਹੁੰਦੀਆਂ ਤੇ ਲਾਅ ਐਪਲੀਕੇਬਲ ਨਹੀਂ ਹੁੰਦਾ ਫਰਸਟ ਅਸੰਪਸ਼ਨਸ ਹੈ ਕਿ ਯੂਟਿਲਿਟੀ ਨੂੰ ਕਾਰਡੀਨਲਸ ਨੰਬਰ ਦੇ ਵਿੱਚ ਮੈਜ਼ਰ ਕੀਤਾ ਜਾਂਦਾ ਆ ਸੈਕੰਡ ਵਨ ਇਜ਼ ਮਾਰਜਨਲ ਮਨੀ ਦੀ ਮਾਰਜਨਲ ਯੂਟਿਲਿਟੀ ਹਮੇਸ਼ਾ ਕਨਸਟੈਂਟ ਰਹਿੰਦੀ ਔਰ ਵਿੱਚ ਕੋਈ ਚੇਂਜ ਨਹੀਂ ਆਉਂਦਾ ਹੈਗਾ ਅ ਮਾਰਜਨਲ ਯੂਟਿਲਿਟੀ ਆਫ ਐਬਰੀ ਕਾਮੋਡੀਟੀ ਇਜ਼ ਇੰਡੀਪੈਂਡੈਂਟ ਥੈਟ ਮੀਨਸ ਕਿ ਇੱਕ ਕਾਮੋਡੀਟੀ ਤੋਂ ਜਿਹੜੀ ਸਾਨੂੰ ਮਾਰਜਨਲ ਯੂਟਿਲਿਟੀ ਮਿਲਦੀ ਆ ਉਹ ਦੂਸਰੀ ਕਾਮੋਡੀਟੀ ਨੂੰ ਤੋਂ ਮਿਲਣ ਵਾਲੀ ਮਾਰਜਨਲ ਯੂਟਿਲਿਟੀ ਤੋਂ ਇੰਡੀਪੈਂਡੈਂਟ ਹੁੰਦੀ ਆ ਮਤਲਬ ਕਿ ਦੋਨਾਂ ਦਾ ਇੱਕ ਦੂਸਰੇ ਨਾਲ ਕੋਈ ਵੀ ਲਿੰਕ ਨਹੀਂ ਹੁੰਦਾ ਕੋਈ ਵੀ ਅਫੈਕਟ ਨਹੀਂ ਹੁੰਦਾ ਨੈਕਸਟ ਇਜ਼ ਐਵਰੀ ਯੂਨਿਟ ਆਫ ਦੀ ਕਾਮੋਡੀਟੀ ਬੀਇੰਗ ਯੂਜ਼ਡ ਇਜ਼ ਆਫ ਸੇਮ ਕੁਆਲਿਟੀ ਐਂਡ ਸਾਈਜ਼ ਜਿਹੜੀ ਵੀ ਕਾਮੋਡੀਟੀ ਅਸੀਂ ਯੂਜ਼ ਕਰਦੀ ਆ ਆ ਉਹ ਸੇਮ ਸਾਈਜ਼ ਤੇ ਕੁਆਲਿਟੀ ਦੀ ਹੁੰਦੀ ਆ there is a continue consumption of the commodity next is suitable quantity of the commodities consumed uh, next is there is no change in the income of the consumer a e assume karke je get, kita get, janda hai ki jehda consumer ha uh, usdi income constant rehti hai usse vich koi bhi change nahi aanda jinni income usdi hai gi income unni hi rehti hai next is price of the commodity uh, is price of the commodity is no change ki commodity di price de vich koi change nahi hunda jehdi tusi ਕਾਮੋਡਿਟੀ ਨੂੰ ਕੰਜ਼ੂਮ ਕਰਦੇ ਉਸਦੀ ਪ੍ਰਾਈਸ ਇੱਕ ਵਾਰ ਜਿੰਨੀ ਫਿਕਸ ਹੋ ਗਈ ਉਹ ਉੰਨੀ ਹੀ ਪ੍ਰਾਈਸ ਰਹਿੰਦੀ ਆ ਨਾ ਤਾਂ ਉਸਦੀ ਪ੍ਰਾਈਸ ਡਿਕਰੀਜ਼ ਹੁੰਦੀ ਆ ਨਾ ਹੀ ਇਨਕਰੀਜ਼ ਹੁੰਦੀ ਆ ਐਂਡ ਨੈਕਸਟ ਇਜ਼ ਥੇਅਰ ਇਜ਼ ਨੋ ਚੇਂਜ ਇਨ ਦੀ ਟੇਸਟ ਕੈਰੈਕਟਰ ਫੈਸ਼ਨ ਐਂਡ ਹੈਬਿਟ ਆਫ ਦੀ ਕੰਜ਼ੂਮਰ ਕਿ ਕੰਜ਼ੂਮਰ ਦੀ ਜਿਹੜਾ ਟੇਸਟ ਆ ਤੇ ਫੈਸ਼ਨ ਆ ਉਸ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ ਜੋ ਉਸ ਦੀ ਹੈਬਿਟਸ ਆ ਉਹ ਐਜ਼ ਇਟ ਇਜ਼ ਹੁੰਦੀ ਹੀ ਰਹਿੰਦੀ ਆ ਨੈਕਸਟ ਵੀ ਡਿਸਕਸ ਐਕਸਪਲੇਨੇਸ਼ਨ ਆਫ ਦੀ ਲਾ ਸਪੋਜ਼ ਇੱਕ ਕੰਜ਼ਿਊਮਰ ਆ ਉਹ ਆਈਸਕ੍ਰੀਮਸ ਨੂੰ ਕੰਜ਼ਿਊਮ ਕਰਦਾ ਆ ਇਸ ਟੇਬਲ ਦੇ ਵਿੱਚ ਅਸੀਂ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਨੂੰ ਐਕਸਪਲੇਨ ਕਰਾਂਗੇ ਨੰਬਰ ਆਫ ਆਈਸਕ੍ਰੀਮਸ 기ਵਨ ਐ ਇਸ ਦੇ ਵਿੱਚ ਇਸ ਸਾਈਡ ਮਾਰਜਨਲ ਯੂਟਿਲਿਟੀ 기ਵਨ ਆ ਇੱਕ ਕੰਜ਼ਿਊਮਰ ਆ ਜਦੋਂ ਫਰਸਟ ਯੂਨਿਟ ਆਫ ਆਈਸਕ੍ਰੀਮ ਨੂੰ ਕੰਜ਼ਿਊਮ ਕਰਦਾ ਹੈ ਉਸ ਨੂੰ ਬਹੁਤ ਮਾਰਜਨਲ ਯੂਟਿਲਿਟੀ ਮਿਲਦੀ ਆ 4 ਮਿਲਦੀ ਆ ਜਦੋਂ ਸੈਕੰਡ ਯੂਨਿਟ ਨੂੰ ਕੰਜ਼ੂਮ ਕਰਦਾ ਹੈ ਉਸ ਤੋਂ ਜਿਹੜੀ ਮਾਰਜਨਲ ਯੂਟਿਲਿਟੀ ਮਿਲਦੀ ਹੈ ਉਹ ਕੀ ਆ 3 ਜੋ ਕਿ ਹੋਲੀ ਘੱਟ ਗਈ ਆ ਪਹਿਲੀ ਤੋਂ ਮਿਲੀ ਸੀ 4 ਸੈਕੰਡ ਵਾਲੀ ਤੋਂ ਉਸ ਤੋਂ ਘੱਟ ਕਿੰਨੀ ਮਿਲੀ 3 ਯੂਨਿਟ ਥਰਡ ਯੂਨਿਟ ਨੂੰ ਜਦੋਂ ਕੰਜ਼ੂਮ ਕਰਦਾ ਆ ਆਈਸਕ੍ਰੀਮ ਦੀ ਨੂੰ ਉਸ ਤੋਂ ਮਿਲਣ ਵਾਲੀ ਮਾਰਜਨਲ ਯੂਟਿਲਿਟੀ 2 ਹੋ ਗਈ ਉਹ ਹੋਰ ਘੱਟ ਗਈ ਜਦੋਂ ਫੋਰਥ ਯੂਨਿਟ ਨੂੰ ਕੰਜ਼ੂਮ ਕਰਦਾ ਹੈ ਉਸ ਮਾਰਜਨਲ ਯੂਟਿਲਿਟੀ ਘਟ ਕੇ 1 ਹੋ ਗਈ ਇਸੇ ਤਰ੍ਹਾਂ ਜਦੋਂ 5th ਯੂਨਿਟ ਨੂੰ ਕੰਜ਼ੂਮ ਕਰਦਾ ਮਾਰਜਨਲ ਯੂਟਿਲਿਟੀ 0 ਹੋ ਗਈ ਹੈ ਜਦੋਂ 6th ਨੂੰ ਕੰਜ਼ੂਮ ਕਰਦਾ ਤੇ ਮਾਰਜਨਲ ਯੂਟਿਲਿਟੀ ਨੈਗੇਟਿਵ ਹੋ ਜਾਂਦੀ ਹੈ ਇਸ ਤਰ੍ਹਾਂ ਜਿਵੇਂ ਜਿਵੇਂ ਇੱਕ ਕੰਜ਼ਿਊਮਰ ਕਿਸੇ ਕਮੋਡਿਟੀ ਦੇ ਯੂਨਿਟਸ ਨੂੰ ਅਡੀਸ਼ਨਲ ਯੂਨਿਟਸ ਨੂੰ ਕੰਜ਼ੂਮ ਕਰਦਾ ਜਾਂਦਾ ਆ ਉਹਨਾਂ ਤੋਂ ਮਿਲਣ ਵਾਲੀ ਮਾਰਜਨਲ ਯੂਟਿਲਿਟੀ ਡਿਕਰੀਜ਼ ਕਰਦੀ ਜਾਂਦੀ ਹੈ ਤੇ 1 ਪੁਆਇੰਟ ਤੇ ਪਹੁੰਚ ਕੇ ਜ਼ੀਰੋ ਹੋ ਜਾਂਦੀ ਹੈ ਤੇ ਬਾਅਦ ਵਿੱਚ ਨੈਗੇਟਿਵ ਜਿਵੇਂ ਕਿ ਅਸੀਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਵੀ ਪੜਿਆ ਸੀ ਕਿ ਮਾਰਜਨਲ ਯੂਟਿਲਿਟੀ ਤਿੰਨ ਤਰ੍ਹਾਂ ਦੀ ਹੋ ਸਕਦੀ ਆ ਪੋਜ਼ਿਟਿਵ ਮਾਰਜਨਲ ਯੂਟਿਲਿਟੀ ਜ਼ੀਰੋ ਮਾਰਜਨਲ ਯੂਟਿਲਿਟੀ ਐਂਡ ਨੈਗੇਟਿਵ ਮਾਰਜਨਲ ਯੂਟਿਲਿਟੀ ਜਿਵੇਂ ਕਿਸੇ ਆਪਣੀ ਨਾਰਮਲ ਲਾਈਫ ਦੇ ਵਿੱਚ ਵੀ ਦੇਖਦੇ ਆ ਕਿ ਜਦੋਂ ਕਿਸੇ ਕੋਈ ਵੀ ਪਰਸਨ ਆ ਜਦੋਂ ਸਪੋਜ਼ ਕਿਸੇ ਪਰਸਨ ਨੂੰ ਕੋਈ ਭੁੱਖ ਲੱਗੀ ਆ ਉਹ ਕਿਸੇ ਕੋਈ ਐਪਲ ਲੈਂਦਾ ਆ ਉਹਨੂੰ ਉਸ ਤੋਂ ਜਿਹੜੀ ਸੈਟੀਸਫੈਕਸ਼ਨ ਮਿਲਦੀ ਆ ਫਸਟ ਐਪਲ ਕੰਜ਼ੂਮ ਕਰਕੇ ਉਹ ਬਹੁਤ ਜ਼ਿਆਦਾ ਮਿਲਦੀ ਆ ਜਦੋਂ ਉਹ ਸੈਕਿੰਡ ਲੈਂਦਾ ਉਸ ਨੂੰ ਉਸ ਤੋਂ ਥੋੜੀ ਘੱਟ ਮਿਲਦੀ ਜਦੋਂ ਉਹ ਥਰਡ ਲੈਂਦਾ ਉਸ ਤੋਂ ਘੱਟ ਮਿਲਦੀ ਹੌਲੀ ਹੌਲੀ ਉਸ ਦੀ ਭੁੱਖ ਘੱਟਦੀ ਜਾਂਦੀ ਇੱਕ ਪੁਆਇੰਟ ਇੱਦਾਂ ਆ ਜਾਂਦਾ ਜਦੋਂ ਕਿ ਉਹ ਬਿਲਕੁਲ ਵੀ ਕੰਜ਼ੂਮ ਨਹੀਂ ਕਰਨਾ ਚਾਹੁੰਦਾ ਉਸ ਐਪਲ ਨੂੰ ਉਸ ਤੋਂ ਮਿਲਣ ਵਾਲੀ ਯੂਟਿਲਿਟੀ ਜ਼ੀਰੋ ਹੋ ਜਾਂਦੀ ਆ ਅਗਰ ਉਹ ਫਿਰ ਵੀ ਉਸੇ ਆਪਣੇ ਨੂੰ ਕੰਜ਼ੂਮ ਕਰਦਾ ਉਸ ਤੋਂ ਬਾਅਦ ਹੋਤਾ ਕਿ ਆ ਉਸਦੀ ਹੈਲਥ ਤੇ ਨੈਗੇਟਿਵ ਇਫੈਕਟ ਪੈ ਜਾਂਦਾ ਜਦੋਂ ਅਸੀਂ ਕਿਸੇ ਚੀਜ਼ ਨੂੰ ਐਕਸੈਸ ਵਿੱਚ ਖਾ ਲੈਂਦੇ ਆ ਇਸੇ ਤਰ੍ਹਾਂ ਸੇਮ ਇਹ ਵੀ ਉਹ ਦਾ ਸੇਮ ਲਾ ਇਹ ਵੀ ਲਾ ਸੇਮ وہی ਕਹਿੰਦੇ ਕਿ ਜਦੋਂ ਅਸੀਂ ਕਿਸੇ ਯੂਨਿਟ ਨੂੰ ਕੰਜ਼ੂਮ ਕਰਦੇ ਜਾਂਦੇ ਆ ਸੇਮ ਯੂਨਿਟ ਤੇ ਉਸ ਤੋਂ ਮਿਲਣ ਵਾਲੀ ਮਾਰਜਨਲ ਯੂਟਿਲਿਟੀ ਹੌਲੀ-ਹੌਲੀ ਘਟਦੀ ਜਾਂਦੀ ਆ ਬਾਅਦ ਵਿੱਚ ਜ਼ੀਰੋ ਹੋ ਜਾਂਦੀ ਆ ਤੇ ਬਾਅਦ ਵਿੱਚ ਨੈਗੇਟਿਵ ਹੋ ਜਾਂਦੀ ਇਸ ਟੇਬਲ ਦੇ ਵਿੱਚ ਦੇਖੋ OY X OY X ਤੇ ਯੂਟਿਲਿਟੀ ਨੂੰ ਮੈਜ਼ਰ ਕੀਤਾ ਗਿਆ ਆ ਐਂਡ OX ਤੇ OX ਤੇ ਕੁਆਂਟੀਟੀ ਨੂੰ ਮੀਜ਼ਰ ਕੀਤਾ ਗਿਆ ਜਦੋਂ ਇੱਕ ਪਰਸਨ ਉਹ ਵਨ ਵਨ ਯੂਨਿਟ ਆਫ ਆਈਸਕ੍ਰੀਮ ਨੂੰ ਕੰਜ਼ੂਮ ਕਰਦਾ ਹੈ ਤਾਂ ਉਸ ਤੋਂ ਮਿਲਣ ਵਾਲੀ ਯੂਟਿਲਿਟੀ ਕਿੰਨੀ ਆ 4 ਇਸ ਟੇਬਲ ਦੇ ਅਕੋਰਡਿੰਗ ਨੂੰ ਇਸ ਟੇਬਲ ਦੇ ਅਕੋਰਡਿੰਗ ਸਟ੍ਰੋਆਇਗ੍ਰਾਮ ਨੂੰ ਬਣਾਇਆ ਗਿਆ ਜਦੋਂ ਸੈਕੰਡ ਯੂਨਿਟ ਨੂੰ ਕੰਜ਼ੂਮ ਕਰਦਾ ਹੈ ਤਾਂ ਉਸ ਤੋਂ ਮਿਲਣ ਵਾਲੀ ਯੂਟਿਲਿਟੀ ਘਟ ਕੇ 3 ਹੋ ਜਾਂਦੀ ਹੈ ਜਦੋਂ ਥਰਡ ਯੂਨਿਟ ਨੂੰ ਕੰਜ਼ੂਮ ਕਰਦਾ ਹੈ ਉਸ ਤੋਂ ਮਿਲਣ ਵਾਲੀ ਯੂਟਿਲਿਟੀ 2 ਹੋ ਜਾਂਦੀ ਹੈ ਐਂਡ ਜਦੋਂ 5ਥ ਯੂਨਿਟ ਨੂੰ ਕੰਜ਼ੂਮ ਕਰਦਾ ਹੈ ਤਾਂ ਯੂਟਿਲਿਟੀ 1 ਹੋ ਸੌਰੀ ਜਿਹੜਾ 4th ਨੂੰ ਕੰਜ਼ੂਮ ਕਰਦਾ ਯੂਟਿਲਿਟੀ 1 ਹੋ ਜਾਂਦੀ ਹੈ ਜਿਹੜਾ 5th ਯੂਨਿਟ ਨੂੰ ਕੰਜ਼ੂਮ ਕਰਦਾ ਤੋ ਅਸੀਂ ਯੂਟਿਲਿਟੀ 0 ਹੋ ਜਾਂਦੀ ਹੈ ਐਂਡ ਜਿਹੜਾ 6th ਯੂਨਿਟ ਨੂੰ ਕੰਜ਼ੂਮ ਕਰਦਾ ਆ ਤਾਂ ਯੂਟਿਲਿਟੀ 1 ਹੋ ਜਾਂਦੀ ਆ ਅਸੀਂ ਨੈਗੇਟਿਵ ਨੂੰ OYX ਦੇ نیچے ਸ਼ੋ ਕਰਦੇ ਆ ਨੈਗੇਟਿਵ ਯੂਟਿਲਿਟੀ ਨੂੰ OX ਤੇ origin ਪੁਆਇੰਟ ਦੇ نیچے ਇਸ ਜਗ੍ਹਾ ਤੇ ਦੇਖੋ 6th ਯੂਨਿਟ ਦਾ ਮਿਲਣ ਵਾਲੀ ਯੂਟਿਲਿਟੀ -1 ਹੋ ਗਈ ਤੇ ਇਹਨਾਂ ਸਾਰੇ ਪੁਆਇੰਟਸ ਨੂੰ ਜਿਹੜਾ ਅ ਨੂਰ ਅਟੈਚ ਕਰਦਿਆਂ ਸਾਡੇ ਕੋਲ ਮਾਰਜਨਲ ਯੂਟਿਲਿਟੀ ਕਰਵ ਬਣ ਜਾਂਦੀ ਹੈ दैट इज MU ਕਰਵ ਜਿਸ ਜਗ੍ਹਾ ਤੇ ਜਦੋਂ ਮਾਰਜਨਲ ਯੂਟਿਲਿਟੀ ਜ਼ੀਰੋ ਹੁੰਦੀ ਹੈ ਉਸ ਜਗ੍ਹਾ ਨੂੰ ਅਸੀਂ ਪੁਆਇੰਟ ਆਫ ਸੈਚੂਰੇਸ਼ਨ ਬੋਲਦੇ ਹਾਂ ਨੈਕਸਟ ਵੀ ਡਿਸਕਸ ਐਕਸੈਪਸ਼ਨਸ ਆਫ ਦੀ ਲਾ ਐਕਸੈਪਸ਼ਨ ਮੀਨਸ ਹੁੰਦਾ ਹੈ ਕਿ ਜਿਸ ਜਗ੍ਹਾਤੇ ਐਗਜ਼ਿਸਟ ਜਗਾ ਜਾਂ ਸਿਚੁਏਸ਼ਨਸ ਤੇ ਇਹ ਲਾਅ ਐਪਲੀਕੇਬਲ ਨਹੀਂ ਹੁੰਦਾ ਉਸ ਨੂੰ ਕੀ ਬੋਲਿਆ ਜਾਂਦਾ ਐਕਸੈਪਸ਼ਨਸ ਆਫ ਦਿ ਲਾਅ ਫਰਸਟ ਐਕਸੈਪਸ਼ਨਸ ਕੀ ਹੈ ਕਿਉਰੀਅਸ ਐਂਡ ਰੇਅਰ ਥਿੰਗਸ ਅਮ ਇਟ ਇਜ਼ ਸੈਟ ਦੈਟ ਕੈਨ ਇਹ ਕਿਹਾ ਜਾਂਦਾ ਕਿ ਥਿਸ ਲਾਅ ਡਸ ਨਾਟ ਐਪਲਾਈ ਟੂ ਰੇਅਰ ਐਂਡ ਕਿਉਰੀਅਸ ਥਿੰਗਸ ਕਿ ਰੇਅਰ ਤੇ ਕਿਉਰੀਅਸ ਥਿੰਗਸ ਤੇ ਇਹ ਲਾਅ ਐਪਲੀਕੇਬਲ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਕੁਝ ਪਰਸਨਸ ਹੁੰਦੇ ਆ ਜਿਨ੍ਹਾਂ ਨੂੰ ਚੁੱਕ ਲੇ ਕੁਝ ਪਰਸਨਸ ਹੁੰਦੇ ਆ ਜੋ ਕਿ ਰੇਅਰ ਕੁਆਇਨਸ ਹੁੰਦੇ ਆ ਪੁਰਾਣੇ ਟਾਈਮ ਦੇ ਪੋਸਟੇਜ ਹੁੰਦੀਆਂ ਸਟੈਂਪਸ ਹੁੰਦੀਆਂ ਰੇਅਰ ਪੋਰਟਰੇਟਸ ਹੁੰਦੇ ਆ ਉਹਨਾਂ ਨੂੰ ਕਲੈਕਟ ਕਰਨ ਉਹਨਾਂ ਨੂੰ ਵਧੀਆ ਲੱਗਦਾ ਆ ਕਹਿੰਦੇ ਇਸ ਕਰਕੇ ਜਿੰਨਾ ਜ਼ਿਆਦਾ ਉਹ ਰੇਅਰ ਕੁਆਇਨਸ ਤੇ ਪੋਰਟਰੇਟਸ ਨੂੰ ਕਲੈਕਟ ਕਰਦੇ ਜਾਂਦੇ ਉਹਨਾਂ ਦੀ ਮਾਰਜੀਨਲ ਯੂਟਿਲਿਟੀ ਹੋਰ ਜ਼ਿਆਦਾ ਵੱਧਦੀ ਜਾਂਦੀ ਆ ਬਟ ਕੁਝ ਇਕਨੋਮਿਸਟ ਨੇ ਇਸ ਨੂੰ ਕ੍ਰਿਟੀਸਾਈਜ਼ ਕੀਤਾ ਉਹਨਾਂ ਨੇ ਕਿਹਾ ਕਿ ਇਹ ਵੀ ਉਹਨਾਂ ਨੇ ਕਿਹਾ ਕਿ ਇੱਕ ਐਕਸੈਪਸ਼ਨਸ ਟ्रू ਨਹੀਂ ਹੈਗੀ ਇੱਕ ਸਮ ਪੁਆਇੰਟ ਆਫ ਟਾਈਮ ਤੋਂ ਬਾਅਦ ਜਦੋਂ ਉਹਨਾਂ ਕੋਲ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਕੁਆਂਟੀਟੀ ਹੋ ਜਾਂਦੀ ਹੈ ਜਾਂ ਫਿਰ ਸਟੈਂਪਸ ਸੀ ਜਾਂ ਰੈਅਰ ਕੁਆਇੰਟ ਸੀ ਤਾਂ ਉਹਨਾਂ ਲਈ ਉਹਨਾਂ ਦੀ ਯੂਟਿਲਿਟੀ ਵੀ ਹੌਲੀ-ਹੌਲੀ ਘਟਣ ਲੱਗ ਜਾਂਦੀ ਹੈ ਨੈਕਸਟ ਵਨ ਇਜ਼ ਮੀਜਰਸ ਮਿਜ਼ਰ ਸੋਨਾ ਨੇ ਕਿਹਾ ਕਿ ਸੈਕੰਡ ਵਿੱਥ ਕੀ ਜਿਹੜੇ ਪਰਸਨ ਹੁੰਦੇ ਆ ਬਹੁਤ ਲਾਲਚੀ ਹੁੰਦੇ ਆ ਉਹਨਾਂ ਕੋਲ ਕਹਿੰਦੇ ਫੋਰ ਏਗਜ਼ਾਮਪਲ ਉਹਨਾਂ ਨੂੰ ਹੁੰਦਾ ਕਿ ਸਾਡੇ ਕੋਲ ਪੈਸਾ ਜਾਂ ਮਨੀ ਵੈਲਥ ਆ ਉਹ ਇਨਕਰੀਜ਼ ਜਿੰਨੀ ਜ਼ਿਆਦਾ ਉਹਨਾਂ ਕੋਲ ਹੁੰਦੀ ਜਾਂਦੀ ਹੈ ਉਹਨਾਂ ਨੂੰ ਉਹਨਾਂ ਦੀ ਯੂਟਿਲਿਟੀ ਜਾਂ ਮਾਰਜਨਲ ਯੂਟਿਲਿਟੀ ਹੋਰ ਜ਼ਿਆਦਾ ਵਧਦੀ ਜਾਂਦੀ ਆ ਬਟ ਇਸ ਇਸ ਐਕਸੈਪਸ਼ਨਸ ਨੂੰ ਵੀ ਕ੍ਰਿਟੀਸਾਈਜ਼ ਕੀਤਾ ਉਹ ਕੀਤਾ ਆ ਮਾਇਰਸ ਨੇ ਉਸ ਅਕੋਰਡਿੰਗ the amount of money that is is spent on foods and clothes he can't spend it on gold and silver matlab ki jehda oh money nu no, uh, food ate spend kardda oh gold te silver te sorry food ate spend kardda hai food and clothes te utte oh gold te silver de utte spend nahi kar sakda is to ye prove hunda hai ki jado te ek person ko large stock of gold and silver ho janda hai to utility of gold and silver hole hole oh bhi diminishing karna start kar jandi hai ਨੈਕਸਟ ਇਜ਼ ਗੁੱਡ ਪੋਇਮ ਗੁੱਡ ਬੁੱਕ অর ਪੋਇਮਸ ਇਸ ਐਕਸੈਪਸ਼ਨਸ ਦੇ ਅਕੋਰਡਿੰਗ ਕਿ ਕੋਈ ਪਰਸਨ ਆ ਜਿਸ ਨੂੰ ਕੋਈ ਬੁੱਕ ਬਹੁਤ ਜ਼ਿਆਦਾ ਪਸੰਦ ਆ ਜਾਂ ਕਿਸੇ ਨੂੰ ਪੋਇਮਸ ਬਹੁਤ ਪਸੰਦ ਆ ਜਾਂ ਕਿਸੇ ਨੂੰ ਕੋਈ Song ਬਹੁਤ ਪਸੰਦ ਆ ਜੇ ਸਪੋਜ਼ ਕਿ ਕਿਸੇ ਪਰਸਨ ਨੂੰ ਕੋਈ Song ਬਹੁਤ ਪਸੰਦ ਆ ਠੀਕ ਆ ਉਹ ਕਹਿੰਦੇ ਆ ਕਿ ਜਦੋਂ ਉਹ ਪਰਸਨ ਕੰਟੀਨਿਊਸਲੀ ਉਹ Song ਨੂੰ ਸੁਣਦਾ ਜਾਂਦਾ ਉਸ ਨੂੰ ਹਰ ਵਾਰ ਨੈਕਸਟ ਟਾਈਮ ਜਦੋਂ ਉਹ ਸੁਣਦਾ ਨੂੰ ਹੋਰ ਵਧੀਆ ਲੱਗਦਾ ਹੈ ਇਸ ਤਰ੍ਹਾਂ ਉਸ ਤੋਂ ਮਿਲਣ ਵਾਲੀ ਉਹਨੂੰ ਯੂਟਿਲਿਟੀ ਇਸ ਤਰ੍ਹਾਂ ਇੱਕ ਪਰਸਨ ਜਿਵੇਂ ਕੋਈ ਬਾਰ-ਬਾਰ ਇੱਕ ਹੀ Song ਨੂੰ ਸੁਣਦਾ ਜਾਏਗਾ ਉਹ ਕਹਿੰਦੇ ਕਿ ਅਗਰ ਉਹਨੂੰ ਉਸਦਾ ਕੋਈ ਫੇਵਰਿਟ Song ਹੈ ਜੋ ਉਸਨੂੰ ਬਹੁਤ ਪਸੰਦ ਆ ਜਾਂ ਪੋਇਮ ਆ ਉਸ ਤੋਂ ਹਰ ਵਾਰ ਜਦੋਂ ਨੈਕਸਟ ਟਾਈਮ ਸੁਣਦੇ ਉਸਨੂੰ ਉਸਨੂੰ ਹੋਰ ਵਧੀਆ ਲੱਗਦਾ ਮਤਲਬ ਕਿ ਥੈਟ ਮੀਨਸ ਕਿ ਉਸਨੂੰ ਉਸ ਤੋਂ ਹੋਰ ਜ਼ਿਆਦਾ ਯੂਟਿਲਿਟੀ ਜਾਂ ਮਾਰਜਨਲ ਯੂਟਿਲਿਟੀ ਮਿਲਦੀ ਆ ਬਟ ਕੀ ਹੁੰਦਾ ਐਕਚੁਅਲ ਲਾਈਫ ਦੇ ਵਿੱਚ ਇਹ ਵੀ ਐਕਸੈਪਸ਼ਨਸ ਟਰੂ ਨਹੀਂ ਹੁੰਦੀ ਸਪੋਜ਼ ਤੁਹਾਨੂੰ ਕੋਈ Song ਪਸੰਦ ਆ ਤੁਸੀਂ ਇੱਕ ਵਾਰ ਸੁਣ ਲੂਗੇ ਦੋ ਵਾਰ 10 ਵਾਰ 20 ਟਾਈਮਸ ਬਟ ਇੱਕ ਪੁਆਇੰਟ ਆਫ ਟਾਈਮ ਤੋਂ ਬਾਅਦ ਤੁਸੀਂ ਉਹ Song ਨੂੰ ਸੁਣ ਕੇ ਬੋਰ ਹੋ ਜਾਓਗੇ ਉਹਨਾਂ ਦੀ ਯੂਟਿਲਿਟੀ ਘੱਟ ਜਾਏਗੀ ਇਸ ਲਈ ਇਹ ਐਕਸੈਪਸ਼ਨਸ ਵੀ ਟਰੂ ਨਹੀਂ ਹੈਗੀ ਨੈਕਸਟ ਇਜ਼ ਡਰੰਕਰਸ ਡਰੰਕਰਸ ਪਰਸਨ ਕਿਹੜੇ ਹੁੰਦੇ ਆ ਆ ਜਿਨ੍ਹਾਂ ਨੂੰ ਮਤਲਬ ਕਿ ਜਿਹੜੇ ਬਹੁਤ ਐਲਕੋਹੋਲਿਕ ਪਰਸਨ ਹੁੰਦੇ ਆ ਕਹਿੰਦੇ ਜਿਹੜੇ ਪਰਸਨ ਬਹੁਤ ਜ਼ਿਆਦਾ ਐਲਕੋਹੋਲ ਪੀਂਦੇ ਆ ਉਹਨਾਂ ਤੇ ਵੀ ਇਹ ਲੋ ਐਪਲੀਕੇਬਲ ਨਹੀਂ ਹੁੰਦਾ ਕਿ ਉਹਨਾਂ ਨੂੰ ਜਿੰਨੀ ਮਰਜ਼ੀ ਡਰਿੰਕ ਕਰ ਲੈਣ ਉਹਨਾਂ ਨੂੰ ਯੂਟਿਲਿਟੀ ਜ਼ਿਆਦਾ ਹੀ ਮਿਲਦੀ ਆ ਜਿੰਨੀ ਜ਼ਿਆਦਾ ਕਰੀ ਜਾਣ ਉਹਨਾਂ ਨੂੰ ਹੋਰ ਜ਼ਿਆਦਾ ਯੂਟਿਲਿਟੀ ਮਿਲਦੀ ਜਾਂਦੀ ਆ ਦੈਟ ਮੀਨਸ ਕਿ ਅਗਰ ਜਿੰਨੇ ਜੇ ਇੱਕ ਪੈਗ ਲਾਉਂਦੇ ਉਸ ਨੂੰ ਹੋਰ ਜ਼ਿਆਦਾ ਯੂਟਿਲਿਟੀ ਮਿਲਦੀ ਸੈਕਿੰਡ ਲਾਦਾ ਉਸ ਨੂੰ ਹੋਰ ਤੇ ਵੀ ਜ਼ਿਆਦਾ ਯੂਟਿਲਿਟੀ ਮਿਲਦੀ ਥਰਡ ਲਾਦਾ ਉਸ ਨੂੰ ਹੋਰ ਜ਼ਿਆਦਾ ਯੂਟਿਲਿਟੀ ਮਿਲਦੀ ਆ ਬਟ ਕੁਝ ਇਕਨੋਮਿਸ ਨੇ ਇਸ ਐਕਸੈਪਸ਼ਨ ਨੂੰ ਵੀ ਕ੍ਰਿਟੀਸਾਈਜ਼ ਕੀਤਾ ਉਹਨਾਂ ਨੇ ਅਕੋਰਡਿੰਗ ਕਿ ਇੱਕ ਪੁਆਇੰਟ ਆਫ ਟਾਈਮ ਤੋਂ ਬਾਅਦ ਜਿਵੇਂ ਜਿਵੇਂ ਉਹ ਅਲਕੋਹਲ ਨੂੰ ਕੰਜ਼ੂਮ ਕਰਦਾ ਜਾਏਗਾ ਉਹ ਆਪਣੀ ਉਸ ਦੀ ਸੈਂਸ ਲੋਸ ਹੋ ਜਾਏਗੀ ਮਤਲਬ ਕਿ ਲੋਸ ਆਫ ਸੈਂਸ ਹੀ ਲੋਸ ਉਹ ਲਾਸਸ ਇਜ਼ ਅ ਸੈਂਸ ਮਤਲਬ ਕਿ ਉਸ ਨੂੰ ਕੁਝ ਵੀ ਸੈਂਸ ਵਿੱਚ ਨਹੀਂ ਆਏਗਾ ਉਹ ਐਂਡ ਉਸ ਨੂੰ ਹੈਲਥ ਪੁਆਇੰਟ ਆਫ 뷰 ਤੋਂ ਉਸ ਤੇ ਉੱਪਰ 네ਗੇਟਿਵ ਇਫੈਕਟ ਪੈਣਾ ਸ਼ੁਰੂ ਹੋ ਜੇਗਾ ਅਗਰ ਉਹ ਡਰਿੰਕ ਕੰਜ਼ਿਊਮ ਕਰਦਾ ਜਾਏਗਾ ਕੰਟੀਨਿਊਸਲੀ ਇਸ ਲਈ ਦੈਟ ਮੀਨਸ ਕਿ ਅਗਰ ਇੱਕ ਪਰਸਨ ਆ ਕੰਟੀਨਿਊਸਲੀ ਡਰਿੰਕ ਕਰਦਾ ਰਹਿੰਦਾ ਹੈ ਤਾਂ ਮਤਲਬ ਇਹ ਨਹੀਂ ਕਿ ਉਸ ਦੀ ਯੂਟਿਲਿਟੀ ਵਧਦੀ ਜਾਏਗੀ ਇੱਕ ਪੁਆਇੰਟ ਆਫ ਟਾਈਮ ਤੋਂ ਬਾਅਦ ਉਸ ਲਈ ਉਸ ਦੀ ਯੂਟਿਲਿਟੀ ਘਟਣੀ ਸਟਾਰਟ ਹੋ ਜਾਏਗੀ ਅ ਨੈਕਸਟ ਵੀ ਡਿਸਕਸ ਕਾਜ਼ਸ ਆਫ ਇਟਸ ਐਪਲੀਕੇਸ਼ਨਸ ਫਸਟ ਵਨ ਇਜ਼ ਕਮੋਡਿਟੀਜ਼ ਆਰ ਇੰਪਰਫੈਕਟ ਸਬਸਟੀਟਿਊਟਸ ਪ੍ਰੋਫੈਸਰ ਬੋਲਡਿੰਗ ਦੇ ਅਕੋਰਡਿੰਗ ਇਹ ਲਾਅ ਇਸ ਲਈ ਐਪਲੀਕੇਬਲ ਹੁੰਦਾ ਕਿਉਂਕਿ ਜਿਹੜੀਆਂ ਕਮੋਡਿਜ਼ ਹੁੰਦੀਆਂ ਉਹ ਇੰਪਰਫੈਕਟ ਸਬਸਟੀਟਿਊਟਸ ਹੁੰਦੀਆਂ ਥੈਟ ਮੀਨਸ ਕਿ ਇੱਕ ਕਿ ਵਨ ਕਾਮੋਡੀਟੀ ਕੈਨ ਨੋਟ ਆਲਵੇਸ ਬੀ ਯੂਜ਼ਡ ਫੋਰ ਅਨਦਰ ਕਾਮੋਡੀਟੀ ਕਿ ਇਸੀ ਇੱਕ ਕਾਮੋਡੀਟੀ ਨੂੰ ਦੂਸਰੀ ਕਾਮੋਡੀਟੀ ਦੀ ਜਗ੍ਹਾ ਹਮੇਸ਼ਾ ਲਈ ਯੂਜ਼ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਕਿ ਇੱਕ ਟੀ ਯਾਗਰ ਅਸੀਂ ਟੀ ਨੂੰ ਕਾਫੀ ਦੀ ਜਗ੍ਹਾ ਤੇ ਯੂਜ਼ ਕਰਦੇ ਆ ਤੇ ਕਾਫੀ ਨੂੰ ਟੀ ਦੀ ਜਗ੍ਹਾ ਤੇ ਯੂਜ਼ ਕਰਦੇ ਆ ਬਟ ਇੱਕ ਅਸੀਂ ਅਸੀਂ ਇੱਕ ਅਨਲਿमिटेड ਐਕਸਟੈਂਡ ਤੱਕ ਉਹਨੂੰ ਯੂਜ਼ ਨਹੀਂ ਕਰ ਸਕਦੇ ਅਸੀਂ ਦੋਨਾਂ ਨੂੰ ਇੱਕ ਦੂਜੇ ਦੀ ਜਗ੍ਹਾ ਤੇ ਜਿਹੜਾ ਸਬਸਟੀਟਿਊਟ ਇੱਕ ਪਾਰਟਿਕੂਲਰ ਲਿਮਿਟ ਤੱਕ ਹੀ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਅਸੀਂ ਜਾਂ ਟੀ ਦੀ ਜਗ੍ਹਾ ਕਾਫੀ ਲੈਂਦੇ ਹਾਂ ਜੋ ਕਾਫੀ ਦੀ ਜਗ੍ਹਾ ਟੀ ਲੈਂਦੇ ਹਾਂ ਦੋਨਾਂ ਤੋਂ ਮਿਲਣ ਵਾਲੀ ਜਿਹੜੀ ਮਾਰਜਨਲ ਜੁਦਲਟੀਆ ਹੌਲੀ ਹੌਲੀ ਡਿਮਿਨਿਸ਼ਿੰਗ ਕਰੇਗੀ ਹੀ ਕਰੇਗੀ ਨੈਕਸਟ ਇਜ਼ ਸਟੇਬਿਲਟੀ ਆਫ ਪਾਰਟਿਕੂਲਰ ਵਾਂਟਸ ਅਨਦਰ ਕੌਜ਼ ਆਫ ਇਟਸ ਐਪਲੀਕੇਸ਼ਨ ਇਜ਼ ਥੈਟ ਥੇਅਰ ਇਜ਼ ਹਾਰਡਲੀ ਐਨੀ ਪਾਰਟਿਕੂਲਰ ਵਾਂਟ ਵਿਚ ਕੈਨ ਨਾਟ ਬੀ ਫੁੱਲੀ ਸੈਟੀਸਫਾਈਡ ਕਿ ਸਾਡੇ ਲਾਈਫ ਵਿੱਚ ਕੋਈ ਹਾਰਡਲੀ ਇਦਾਂ ਹੀ ਕੋਈ ਵਾਂਟ ਹੁੰਦੀ ਜਿਹੜੀ ਫੁੱਲੀ ਸੈਟੀਸਫਾਈ ਨਹੀਂ ਹੁੰਦੀ ਆਲਮੋਸਟ ਨਹੀਂ ਤਾਂ ਸਾਰੀਆਂ ਸਾਡੀਆਂ ਵਾਂਟਸ ਫੁੱਲੀ ਸੈਟੀਸਫਾਈਡ ਹੋ ਜਾਂਦੀਆਂ ਜਦੋਂ ਸਾਡੀ ਵਾਂਟਸ ਪੁਆਇੰਟ ਆਫ ਸੈਚੂਰੇਸ਼ਨ ਤੱਕ ਪਹੁੰਚ ਜਾਂਦੀ ਕਿਸੇ ਕਾਮੋਡੀਟੀ ਨੂੰ ਲੈ ਕੇ ਉਸ ਤੋਂ ਬਾਅਦ ਜਦੋਂ ਉਸੇ ਕਾਮੋਡੀਟੀ ਦੀ ਯੂਨਿਟਸ ਨੂੰ ਇਨਕਰੀਜ਼ ਕਰਦੇ ਜਾਂਦੇ ਉਹਨਾਂ ਤੋਂ ਮਿਲਣ ਵਾਲੀ ਜਿਹੜੀ ਯੂਟਿਲਿਟੀ ਆ ਡਿਕਰੀਸ ਕਰਦੀ ਜਾਂਦੀ ਹੈ ਸਪੋਜ਼ ਫੋਰ एग्जांपल ਕਿਸੇ ਪਰਸਨ ਨੂੰ ਕੋਈ ਚੀਜ਼ ਬਹੁਤ ਜ਼ਿਆਦਾ ਪਸੰਦ ਆ ਠੀਕ ਹੈ ਉਸ ਪਰਸਨ ਨੂੰ ਉਹ ਚੀਜ਼ ਮਿਲ ਗਈ ਉਸ ਚੀਜ਼ ਦੀ ਕਿੰਨੀ ਕੁਆਂਟੀਟੀਆਂ ਨੂੰ ਲੈ ਲੇਗਾ ਦੋ ਲੈ ਲੇਗਾ ਤਿੰਨ ਲੈ ਲੇਗਾ 1 ਪੁਆਇੰਟ ਆਫ ਟਾਈਮ ਤੋਂ ਬਾਅਦ ਜਦੋਂ ਉਸ ਚੀਜ਼ ਦੀ ਕੁਆਂਟੀਟੀ ਨੂੰ ਇਨਕਰੀਸ ਕਰਦਾ ਜਾਇਗਾ ਕਮੋਡਿਟੀ ਦੀ ਉਸ ਤੋਂ ਮਿਲਣ ਵਾਲੀ ਜਿਹੜੀ ਉਸ ਨੂੰ ਯੂਟਿਲਿਟੀ ਆ ਉਹ ਡਿਕਰੀਸ ਕਰਦੀ ਜਾਏਗੀ ਨੈਕਸਟ ਇਜ਼ ਅਲਟਰਨੇਟਿਵ ਯੂਸਸ ਈਚ ਕਾਮੋਡੀਟੀ ਹੈਜ਼ ਮੈਨੀ ਅਲਟਰਨੇਟਿਵ ਯੂਸਸ ਬਹੁਤ ਸਾਰੀਆਂ ਕਾਮੋਡੀਟੀਆਂ ਹੁੰਦੀਆਂ ਜਿਨ੍ਹਾਂ ਦੇ ਬਹੁਤ ਸਾਰੇ ਅਲਟਰਨੇਟਿਵ ਯੂਸਸ ਹੁੰਦੇ ਆ ਕੁਝ ਯੂਸ ਜਿਹੜੇ ਕਿਸ ਚੀਜ਼ੀ ਦਾ ਕੁ ਫੋਰ ਐਗਜ਼ਾਮਪਲ ਕੋਈ ਕਾਮੋਡੀਟੀ ਹੈ ਅਸੀਂ ਉਸ ਦਾ ਯੂਸ ਕਿਸੇ ਕੁਝ ਇੰਪੋਰਟੈਂਸ ਕੰਮ ਲਈ ਕਰਦੇ ਹਾਂ ਕੁਝ ਉਹਦੇ ਲੈਸ ਇੰਪੋਰਟੈਂਸ ਕੰਮ ਲਈ ਕੀਤਾ ਜਾਂਦਾ ਹੈ ਅਕੋਰਡਿੰਗ ਟੂ ਬੋਇਮੋਲ ਥਿਸ ਲੋ ਐਪਲਾਈਜ਼ ਬਿਕੋਜ਼ ਐਵਰੀ ਕੰਜ਼ਿਊਮਰ ਗਿਵਸ ਫਸਟ ਪ੍ਰਾਇੋਰਟੀ ਟੂ ਦੀ ਮੋਸਟ ਇੰਪੋਰਟੈਂਟ ਯੂਸ ਇਫ ਵੀ ਹੈਵ ਲिटल ਕਵਾਂਟ ਸਪੋਜ਼ ਇੱਕ ਪਰਸਨ ਉਸ ਕੋਲ ਬਹੁਤ ਹੀ ਕਾਟ ਕੁਆਂਟੀਟੀ ਵਿੱਚ ਮਿਲਗਾ ਉਹ ਕੀ ਕਰੇਗਾ ਉਹ ਤਾਂ ਜਾਂ ਤਾਂ ਬੱਚੇ ਨੂੰ ਫੀਡ ਕਰਾਉਣ ਦੇ ਲਈ ਯੂਜ਼ ਕਰੇਗਾ ਅਗਰ ਉਸ ਕੋਲ ਲਾਰਜ ਕੁਆਂਟੀਟੀ ਦੇ ਵਿੱਚ ਮਿਲਗਾ ਤਾਂ ਇਹਨੂੰ ਕੀ ਕਰੇਗਾ ਪਹਿਲਾਂ ਫੀਡਿੰਗ ਦਾ ਇਨਫੈਂਟ ਮਲਕੀ ਬੱਚੇ ਨੂੰ ਫੀਡ ਕਰਾਉਣ ਤੋਂ ਬਾਅਦ ਉਸ ਲਈ ਚਾਹ ਲਈ ਯੂਜ਼ ਕਰੇਗਾ ਮੇਕਿੰਗ ਕਰਡ ਲਈ ਯੂਜ਼ ਕਰ ਦੇਗਾ ਇਸ ਤਰ੍ਹਾਂ ਇੱਕ ਸਪੋਜ਼ ਇੱਕ ਕਾਮੋਡਿਟੀ ਆ ਜਿਸ ਦੇ ਬਹੁਤ ਸਾਰੇ ਯੂਜ਼ਰ ਆ ਸਪੋਜ਼ ਮਿਲਕ ਆ ਮਿਲਕ ਦੀ ਅਗਰ ਸਾਡੇ ਕੋਲ ਕੁਆਂਟੀਟੀ ਘਟਾ ਸੀ ਕੀ ਕਰਾਂਗੇ ਮੋਸਟ ਇੰਪੋਰਟੈਂਟ ਵਾਰ ਕੀ ਆ ਕਿ ਇਨਫੈਂਟ ਕੋਈ ਵੀ ਬੱਚਾ ਉਹਦੇ ਲਈ ਫੀਡਿੰਗ ਤੇ ਲਈ ਯੂਜ਼ ਕਰ ਲਾਂਗੇ ਬਟ ਅਗਰ ਸਾਡੇ ਕੋਲ ਕਿਸੇ ਗੁੱਡ ਸੀ ਕੁਆਂਟੀਟੀ ਜ਼ਿਆਦਾ ਅਗਰ ਮਿਲਕ ਦੀ ਕੁਆਂਟੀਟੀ ਸਾਡੇ ਕੋਲ ਜ਼ਿਆਦਾ ਹੈ ਅਸੀਂ ਕਿਸੇ ਬੱਚੇ ਲਈ ਫੀਡ ਕਰਾਂ ਤੇ ਬਾਅਦ ਉਸ ਨੂੰ ਕੀ ਕਰਾਂਗੇ ਉਸ ਦਾ ਮੇਕਿੰਗ ਅ 커ਡ 커ਡ ਬਣਾ ਸਕਦੇ ਆ ਟੀ ਲਈ ਯੂਜ਼ ਕਰ ਸਕਦੇ ਆ ਹੋਰ ਬਹੁਤ ਸਾਰੀ ਚੀਜ਼ ਪਨੀਰ ਬਣਾ ਲੈ ਯੂਜ਼ ਕਰ ਸਕਦੇ ਆ 댓 ਮੀਨਸ ਕਿ ਜਦੋਂ ਕਿਸੇ ਚੀਜ਼ ਦੀ ਕੁਆਂਟੀਟੀ ਜ਼ਿਆਦਾ ਹੋ ਜਾਂਦੀ ਆ ਅਸੀਂ ਉਸ ਨੂੰ ਲੈਸ ਇੰਪੋਰਟੈਂਟ ਯੂਜ਼ ਵਿੱਚ ਯੂਜ਼ ਕਰਨ ਲੱਗ ਜਾਂਦੇ ਆ ਮਤਲਬ ਕਿ ਲੈਸ ਇੰਪੋਰਟੈਂਟ ਵਰਕਸ ਦੇ ਵਿੱਚ दैट मीनस कि उसकी जो किसी चीज़ की कोंटिटी ज्यादा हो जाती उसकी यूटिलिटी घटने लग जाती है नैक्सट इज इंपोर्टेंस ऑफ द लॉ बेसिस ऑफ द लॉ ऑफ कंजम्पन फर्स्ट इज बेसिस ऑफ द लॉ ऑफ कंजम्पन लॉ ऑफ डिमिनिशिंग मार्जिनल यूटिलिटीज़ द बेसिस ऑफ ऑल लॉ ऑफ कंजम्पन जो डिमिनिशिंग मार्जिनल यूटिलिटी का कॉन्सैप्ट ਇਸ ਸਾਰੇ ਲਾ ਜਿਹੜਾ ਹੈਗਾ ਲਾ ਆਫ ਇਕੁਅਲ ਮਾਰਜਨਲ ਯੂਟਿਲਿਟੀ ਲਾ ਆਫ ਡਿਮਾਂਡ ਕਨਸੈਪਟ ਆਫ ਕੰਜ਼ਿਊਮਰ ਸਰਪਲਸ ਇਨਾਂ ਦਾਈ ਬੇਸਿਸ ਇਨਾਂ ਦਾ ਬੇਸਿਸ ਆ ਇਨਾਂ ਦੇ ਬੇਸ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਤੇ ਹੀ ਡਿਪੈਂਡ ਕਰਦੇ ਸਾਰੇ ਲਾ ਲਾ ਆਫ ਡਿਮਾਂਡ ਤੇ ਲਾ ਆਫ ਇਕੁਅਲ ਮਾਰਜਨਲ ਯੂਟਿਲਿਟੀ ਸਪੋਜ਼ ਲਾ ਆਫ ਡਿਮਾਂਡ ਹੀ ਆ ਲਾ ਆਫ ਡਿਮਾਂਡ ਦੇ ਅਕੋਰਡਿੰਗ ਇੱਕ ਕੰਜ਼ਿਊਮਰ ਜਿਆਦਾ ਗੁੱਡਸ ਨੂੰ ਕਦੋਂ ਡਿਮਾਂਡ ਕਰਦਾ ਜਦੋਂ ਉਸ ਨੂੰ ਪ੍ਰਾਈਸ ਘੱਟ ਪੇ ਕਰਨੀ ਪੈਂਦੀ ਹੈ ਇੱਕ ਕੰਜ਼ਿਊਮਰ ਜਦੋਂ ਕਿਸੇ ਗੁੱਡ ਦੀ ਜਦੋਂ ਲਾਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਦੇ ਅਕੋਰਡਿੰਗ ਜਦੋਂ ਇੱਕ ਪਰਸਨ ਕਿਸੇ ਕਾਮੋਡੀਟੀ ਦੀ ਗੁੱਡਸ ਨੂੰ ਕੰਜ਼ਿਊਮ ਕਰਦਾ ਜਾਂਦਾ ਉਸ ਤੋਂ ਮਿਲਣ ਵਾਲੀ ਮਾਰਜਨਲ ਯੂਟਿਲਿਟੀ ਘਟਦੀ ਜਾਂਦੀ ਹੈ ਇਸ ਲਈ ਲਾਫ ਆਫ ਡਿਮਾਂਡ ਕੀ ਕਹਿੰਦਾ ਇੱਕ ਪਰਸਨ ਉਦੋਂ ਹੀ ਕਿਸੇ ਗੁੱਡ ਦੀ ਜ਼ਿਆਦਾ ਡਿਮਾਂਡ ਕਰੇਗਾ ਕੋਈ ਕਿਸੇ ਗੁੱਡ ਦੀ ਕੁਆਂਟੀਟੀ ਜ਼ਿਆਦਾ ਡਿਮਾਂਡ ਕਰੇਗਾ ਜਦੋਂ ਉਸ ਦੀ ਪ੍ਰਾਈਸਸ ਘੱਟ ਹੋਣਗੇ ਪ੍ਰਾਈਸਸ ਘਾਟ ਹੋਣਗੇ ਤਾਂ ਜ਼ਿਆਦਾ ਡਿਮਾਂਡ ਕਰੇਗਾ ਕਿਉਂਕਿ ਜਦੋਂ ਗੁੱਡਸ ਕਿਸੇ ਨੂੰ ਜ਼ਿਆਦਾ ਪਰਚੇਸ ਕਰ ਲੇਗਾ ਉਸਦੀ ਮਾਰਜਨਲ ਯੂਟਿਲਿਟੀ ਘਟ ਜਾਏਗੀ ਇਸ ਲਈ ਉਹਨਾਂ ਦੀ ਪ੍ਰਾਈਸ ਵੀ ਘਟ ਪੇ ਕਰਨਾ ਚਾਹੁੰਦਾ ਹੈ ਨੈਕਸਟ ਇਜ਼ ਵੈਰਾਈਟੀ ਇਨ ਪ੍ਰੋਡਕਸ਼ਨ ਐਂਡ ਕੰਜ਼ਮਪਸ਼ਨ ਇਸ ਲਾਅ ਦੇ ਅਕੋਰਡਿੰਗ ਪ੍ਰੋਡਕਸ਼ਨਸ ਜਿਹੜੇ ਪ੍ਰੋਡਕਸ਼ਨ ਹਸਾਉza ਉਹ ਡਿਫਰੈਂਟ ਵੈਰਾਈਟੀਆਂ ਆਫ ਗੁੱਡਸ ਦਾ ਪ੍ਰੋਡਕਸ਼ਨ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਇੱਕ ਹੀ ਤਰ੍ਹਾਂ ਦਾ ਪ੍ਰੋਡਕਸ਼ਨ ਕਰਦੇ ਜਾਵਾਂਗੇ ਸੇਮ ਕਾਮੋਡਿਟੀ ਦਾ ਲੋਕੀ ਇੱਕ ਹੀ ਤਰ੍ਹਾਂ ਦੀ ਜਿਹੜੋ ਕਨ ਗੁੱਡਸ ਨੂੰ ਕੰਜ਼ਿਊਮ ਕਰਦੇ ਜਾਂਦੇ ਉਸ ਤੋਂ ਮਿਲਣ ਵਾਲੀ ਯੂਟਿਲਿਟੀ ਹੌਲੀ-ਹੌਲੀ ਘਟਦੀ ਜਾਂਦੀ ਆ ਇਸ ਲਈ ਕੀ ਕਰਦੇ ਆ ਪਰਸਨ ਡਿਫਰੈਂਟ ਗੁੱਡਸ ਦੇ ਉੱਪਰ ਆਪਣਾ ਪੈਸਾ ਐਕਸਪੈਂਡੀਚਰ ਕਰਦੇ ਆ ਇਸ ਲਈ ਵੈਰਾਈਟੀ ਆਫ ਪ੍ਰੋਡਕਸ਼ਨ ਹੁੰਦਾ ਆ ਨੈਕਸਟ ਇਜ਼ ਪ੍ਰਾਈਸ ਡਿਟਰਮੀਨੇਸ਼ਨ ਹਰ ਇੱਕ ਕਾਮੋਡਿਟੀ ਦਾ ਜਿਹੜਾ ਪ੍ਰਾਈਸ ਆ ਉਸ ਦੀ ਡਿਮਾਂਡ ਤੇ ਸਪਲਾਈ ਤੇ ਡਿਮਾਂਡ ਡਿਪੈਂਡ ਕਰਦੀ ਆ ਜਿਹੜੀ ਡਿਮਾਂਡ ਆ ਆਫ ਕਾਮੋਡੀਟੀ ਦੀ ਮਾਰਜਨਲ ਯੂਟਿਲਿਟੀ ਤੇ ਡਿਪੈਂਡ ਕਰਦੀ ਆ ਇਸ ਲਈ ਕਹਿੰਦੇ ਕਿ ਅਗਰ ਕੋਈ ਸੇਲਰ ਆ ਉਹ ਚਾਹੁੰਦਾ ਹੈ ਕਿ ਮੈਂ ਆ ਜ਼ਿਆਦਾ ਯੂਨਿਟਸ ਆਫ ਕਾਮੋਡੀਟੀ ਨੂੰ ਸੇਲ ਕਰਾਂ ਇਸ ਲਈ ਉਹਨੂੰ ਕੀ ਕਰਨਾ ਚਾਹੀਦਾ ਉਸਨੂੰ ਆਪਣੀ ਪ੍ਰਾਈਸਸ ਘਟਕਾਣੀ ਚਾਹੀਦੀ ਆ ਕਿਉਂਕਿ ਅਗਰ ਪ੍ਰਾਈਸਸ ਘਟ ਕਰੇਗਾ ਤਾਂ ਹੀ ਉਸਦੀ ਡਿਮਾਂਡ ਇਨਕਰੀਜ਼ ਹੋਏਗੀ ਗੁੱਡ ਸੀ ਕਿਉਂਕਿ ਕਿਉਂਕਿ ਜਿਵੇਂ ਜਿਵੇਂ ਮੋਰ ਯੂਨਿਟਸ ਇੱਕ ਕੰਜ਼ਿਊਮਰ ਜੀਲਡ ਕਰਦਾ ਜਾਂਦਾ ਮਤਲਬ ਕਿ ਪਰਚੇਸ ਕਰਦਾ ਜਾਂ ਕੰਜ਼ਿਊਮ ਕਰਦਾ ਉਸ ਤੋਂ ਮਿਲਣ ਵਾਲੀ ਜਿਹੜੀ ਮਾਰਜਨਲ ਜੀਟਿਲਟੀ ਆ ਉਹ ਘਟਦੀ ਜਾਏਗੀ ਇਸ ਲਈ ਪਰਸਨ ਕੀ ਕਰਨਾ ਚਾਹੁੰਦਾ ਹੈ ਘਟ ਨੈਕਸਟ ਇਜ਼ ਬੇਸਿਸ ਆਫ ਪ੍ਰੋਗਰੈਸਿਵ ਟੈਕਸੇਸ਼ਨ ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਪ੍ਰੋਗਰੈਸਿਵ ਟੈਕਸੇਸ਼ਨ ਦਾ ਵੀ ਬੇਸਿਸ ਆ ਉਸਤੇ ਬੇਸ ਤੇ ਲਗਾਇਆ ਜਾਂਦਾ ਹੈ ਪ੍ਰੋਗਰੈਸਿਵ ਟੈਕਸ ਕੀ ਹੁੰਦਾ ਹੈ ਕਿ ਜਿਨ੍ਹਾਂ ਪਰਸਨਸ ਦੀ ਇਨਕਮ ਜ਼ਿਆਦਾ ਹੁੰਦੀ ਹੈ ਉਨ੍ਹਾਂ ਤੇ ਜ਼ਿਆਦਾ ਟੈਕਸ ਲਗਾਣਾ ਤੇ ਜਿਸ ਪਰਸਨ ਦੀ ਇਨਕਮ ਘੱਟਾ ਉਸਤੇ ਟੈਕਸ ਟੈਕਸ ਦੀ ਟੈਕਸ ਰੇਟ ਵੀ ਘੱਟ ਲੱਗਣਾ ਚਾਹੀਦਾ ਉਸ ਨੂੰ ਪ੍ਰੋਗਰੈਸਿਵ ਟੈਕਸੇਸ਼ਨ ਕਿਹਾ ਜਾਂਦਾ ਨੈਕਸਟ ਇਜ਼ ਐਡਵਾਂਟੇਜ ਟੂ ਜੀ ਕੰਜ਼ਿਊਮਰ ਅਕੋਰਡਿੰਗ ਟੂ ਥਿਸ ਲਾਅ ਕੰਜ਼ੂਮਰ ਇਹ ਇਸ ਲਾਅ ਦੇ ਅਕੋਰਡਿੰਗ ਕਿ ਕੰਜ਼ੂਮਰ ਇਹ ਕਹੇ ਦਿੰਦਾ ਕਿ ਆਪਣੀ ਲਿਮਿਟਿਡ ਇਨਕਮ ਨੂੰ ਕਿਵੇਂ ਡਿਫਰੈਂਟ ਗੁੱਡਸ ਤੇ ਸਪੈਂਡ ਕਰੇ ਜਿਸ ਨਾਲ ਕਿ ਉਸ ਨੂੰ ਮੈਕਸਿਮਮ ਸੈਟੀਸਫੈਕਸ਼ਨ ਮਿਲੇ ਨੈਕਸਟ ਇਜ਼ ਬੇਸਿਸ ਆਫ ਰੀਡਿਸਟ੍ਰਿਬਿਊਸ਼ਨ ਆਫ ਵੈਲਥ ਐਂਡ ਇਨਕਮ ਅ uh, ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਹੈਲਪ ਕਰਦਾ ਹੈ ਡਿਸਟ੍ਰਿਬਿਊਸ਼ਨ ਆਫ ਵੈਲਥ ਤੇ ਇਨਕਮ ਦੇ ਵਿੱਚ ਅਕੋਰਡਿੰਗ ਟੂ ਥਿਸ ਲਾ ਕਿ ਜਿਹੜੀ ਮਾਰਜਨਲ ਯੂਟਿਲਿਟੀ ਆਫ ਮਨੀ ਆ ਉਹ ਜਿਹੜੇ ਰਿਚ ਪਰਸਨ ਹੁੰਦੇ ਆ ਉਹਨਾਂ ਲਈ ਘੱਟ ਹੁੰਦੀ ਆ ਬਟ ਜਿਹੜੀ ਮਾਰਜਨਲ ਯੂਟਿਲਿਟੀ ਫॉर ਮਨੀ ਪੂਅਰ ਪਰਸਨ ਦੇ ਲਈ ਜ਼ਿਆਦਾ ਹੁੰਦੀ ਆ ਕਿਉਂਕਿ ਜਦੋਂ ਕਿਸੇ ਗੁੱਡਸ ਦੀ ਕੁਆਂਟੀਟੀ ਕਿਸੇ ਕੋਲ ਜ਼ਿਆਦਾ ਆ ਉਹਦੇ ਲਈ ਉਹ ਚੀਜ਼ ਦੀ ਵੈਲਿਊ ਨਹੀਂ ਹੁੰਦੀ ਸੇਮ ਉਸੇ ਤਰ੍ਹਾਂ ਕਿ ਜਿਹੜੇ ਰਿਚ ਪਰਸਨਸ ਆ ਉਹਨਾਂ ਕੋਲ ਪੈਸਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਲਈ ਉਹਨਾਂ ਦੀ ਮਾਰਜਨਲ ਯੂਟਿਲਿਟੀ ਪੈਸੇ ਲਈ ਘੱਟ ਆ ਬਟ ਪੂਰ ਪਰਸਨਸ ਦੇ ਕੋਲ ਪੈਸਾ ਘੱਟ ਆ ਇਸ ਲਈ ਉਹਨਾਂ ਦੀ ਮਾਰਜਨਲ ਯੂਟਿਲਿਟੀ ਫਾਰ ਮਨੀ ਜ਼ਿਆਦਾ ਹੁੰਦੀ ਹੈ ਸੋ ਦੈਟ ਇਨ ਅਕੋਰਡੈਂਸ ਵਿਦ ਥਿਸ ਲਾ ਇਸ ਲਾ ਦੇ ਅਕੋਰਡਿੰਗ ਇਫ ਵੈਲਥ ਇਜ਼ ਰੀ ਡਿਸਟ੍ਰਿਬਿਊਟਿਡ ਇਨ ਫੇਵਰ ਆਫ ਦੀ ਪੂਰ ਟੋਟਲ ਵੈਲਫੇਅਰ ਆਫ ਦ ਸੋਸਾਇਟੀ ਊਡ ਇਨਕਰੀਜ਼ ਕਿ ਅਗਰ ਅਸੀਂ ਵੈਲਥ ਦਾ ਰੀ ਡਿਸਟ੍ਰਿਬਿਊਟ ਕਰਦੇ ਆ ਉਹਦੇ ਨਾਲ ਕੀ ਹੋਏਗਾ ਵੈਲਫੇਅਰ ਹੋਏਗਾ ਸੁਸਾਇਟੀ ਸੁਸਾਇਟੀ ਦਾ ਨੈਕਸਟ ਇਜ਼ ਡੈਰੀਵੇਸ਼ਨ ਆਫ ਡਿਮਾਂਡ ਕਰਵ ਵਿਦ ਦੀ ਹੈਲਪ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਕਰਵ ਮਾਰਜਨਲ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਦੇ ਅਕੋਰਡਿੰਗ ਹੀ ਅਸੀਂ ਡਿਮਾਂਡ ਕਰਵ ਡਿਮਾਂਡ ਕਰਵ ਨੂੰ ਡਰਾਈਵ ਕਰਦੇ ਹਾਂ ਸਪੋਸ ਇੱਕ ਪਾ ਜੁਰੋਕ ਇੱਕ ਇਸਾ OYX ਤੇ ਮਾਰਜਨਲ ਯੂਟਿਲਿਟੀ ਨੂੰ ਮੇਜ਼ਰ ਕੀਤਾ ਗਿਆ OX ਤੇ ਕੁਆਂਟੀਟੀ ਨੂੰ B ਵਿੱਚ ਡਿਮਾਂਡ ਕਰ ਬਣਾਈ ਗਈ ਹੈ ਉਹਦੇ ਵਿੱਚ OX ਤੇ ਕੁਆਂਟੀਟੀ ਨੂੰ ਐਂਡ OY ਤੇ ਪ੍ਰਾਈਸ ਨੂੰ ਨੈਕਸਟ ਇਸ ਦੇਖੋ ਜੁਰੇ ਇੱਕ ਪਰਸਨ OQ ਕੁਆਂਟੀਟੀ ਨੂੰ ਪਰਚੇਸ ਕਰਦਾ ਹੈ ਉਸ ਨੂੰ ਉਸ ਤੋਂ ਜਿਹੜੀ ਮਾਰਜਨਲ ਯੂਟਿਲਿਟੀ ਮਿਲਦੀ ਹੈ ਉਹ ਕੀ ਆ OM OM1 ਉਸ ਤੋਂ ਮਿਲਣ ਵਾਲੀ ਮਾਰਜਨਲ ਯੂਟਿਲਿਟੀ OM1 ਆ ਥੈਟ ਮੀਨਸ ਕਿ ਜਦੋਂ OQ ਕੁਆਂਟੀਟੀ ਪਰਚੇਸ ਕਰਦਾ ਪਹਿਲੀ ਉਸ ਤੋਂ ਯੂਟਿਲਿਟੀ ਕਿੰਨੀ ਮਿਲਦੀ ਆ मैक्सिमम ਸਭ ਤੋਂ ਜ਼ਿਆਦਾ ਯੂਟਿਲਿਟੀ ਮਿਲਦੀ ਆ। ਥੈਟ ਮੀਨਸ ਕਿ ਉਹ ਉਹ ਕਿਊ ਕੁਆਂਟੀਟੀ ਦੇ ਲਈ ਪ੍ਰਾਈਸ ਕੀ ਜ਼ਿਆਦਾ ਦੇਣ ਲਈ ਤਿਆਰ ਆ। ਨੈਕਸਟ ਦੇਖੋ ਜਦੋਂ ਇੱਕ ਪਰਸਨ ਹੋਰ ਜ਼ਿਆਦਾ ਕੁਆਂਟੀਟੀ ਸੇਮ ਗੁੱਡਸ ਦੀ ਕੁਆਂਟੀਟੀ ਨੂੰ ਪਰਚੇਸ ਕਰਦਾ ਉਹ ਕਿਊ 2 ਤੋਂ ਉਸ ਤੋਂ ਜਿਹੜੀ ਮਾਰਜਨਲ ਯੂਟਿਲਿਟੀ ਮਿਲਦੀ ਆ ਉਹ ਘਟ ਜਾਂਦੀ ਆ। ਥੈਟ ਮੀਨਸ ਉਹ ਐਮ 2 ਹੋ ਜਾਂਦੀ ਆ। ਇਸ ਲਈ ਇੱਕ ਪਰਸਨ ਕਿਸੇ ਦੀ ਕਿਸੇ ਗੁੱਡ ਸੀ ਕੁਆਂਟੀਟੀ ਜ਼ਿਆਦਾ ਹੀ ਪਰਚੇਸ ਜ਼ਿਆਦਾ ਉਹ ਤੋਂ ਪਰਚੇਸ ਕਰੇਗਾ ਜਦੋਂ ਉਸ ਨੂੰ ਉਸ ਲਈ ਘੱਟ ਪ੍ਰਾਈਸ ਪੇ ਕਰਨੀ ਪੈਗੀ ਕਿਉਂਕਿ ਜਦੋਂ ਉਹ ਕਿਊ 2 ਕੁਆਂਟੀਟੀ ਨੂੰ ਪਰਚੇਸ ਕਰਦਾ ਉਸ ਤੋਂ ਜਿਹੜੀ ਯੂਟਿਲਿਟੀ ਮਿਲ ਰਹੀ ਆ ਉਹ ਘੱਟ ਗਈ ਆ ਓ ਐਮ 2 ਪਹਿਲੀ ਕੁਆਂਟੀਟੀ ਅਕੋਰਡਿੰਗ ਇਸ ਲਈ ਉਹ ਜ਼ਿਆਦਾ ਕੁਆਂਟੀਟੀ ਤਾਂ ਹੀ ਪਰਚੇਸ ਕਰੇਗਾ ਜਦੋਂ ਉਸ ਨੂੰ ਪ੍ਰਾਈਸ ਘੱਟ ਘੱਟ ਦੇਣੀ ਪੈਗੀ ਨੈਕਸਟ ਦੇਖੋ ਜਦੋਂ ਉਹ ਕਿਊ 3 ਕੁਆਂਟੀਟੀ ਨੂੰ ਪਰਚੇਸ ਕਰਦਾ ਉਸ ਤੋਂ ਜਿਹ ਮਿਲਣ ਵਾਲੀ ਯੂਟਿਲਿਟੀ ਹੋਰ ਘੱਟ ਜਾਂਦੀ ਥੈਟ ਇਜ਼ ਓ ਐਮ 3 ਇਸ ਲਈ ਇੱਕ ਪਰਸਨ ਹੋਰ ਕੁਆਂਟੀਟੀ ਨੂੰ ਤਾਂ ਹੀ ਪਰਚੇਸ ਕਰੇਗਾ ਜਦੋਂ ਕਿ ਉਹਨੂੰ ਹੋਰ ਘੱਟ ਪ੍ਰਾਈਸ ਦੇਣੀ ਪਵੇ ਕਿਉਂਕਿ ਜਿਆਦਾ ਜਿਆਦਾ ਜਦੋਂ ਕੁਆਂਟੀਟੀ ਪਰਚੇਸ ਕਰਦਾ ਜਾਂਦਾ ਹੈ ਉਹਨਾਂ ਤੋਂ ਜਿਹੜੀ ਮਿਲਣ ਵਾਲੀ ਯੂਟਿਲਿਟੀ ਆ ਉਹ ਘੱਟਦੀ ਜਾਂਦੀ ਆ ਇਸ ਲਈ ਇੱਕ ਪਰਸਨ ਜਿਆਦਾ ਕੁਆਂਟੀਟੀ ਤਾਂ ਹੀ ਪਰਚੇਸ ਕਰੇਗਾ ਜਦੋਂ ਉਸਨੂੰ ਉਸ ਤੋਂ ਘੱਟ ਪ੍ਰਾਈਸ ਪੇ ਕਰਨੀ ਪਵੇਗੀ ਇਸ ਲਈ ਮਾਰਜਨਲ ਯੂਟਿਲਿਟੀ ਦੇ ਅਕੋਰਡਿੰਗ ਹੀ ਅਸੀਂ ਡਿਮਾਂਡ ਕਰਵ ਨੂੰ ਡਰਾਈਵ ਕਰਦੇ ਹਾਂ ਨੈਕਸਟ ਇਜ਼ ਕ੍ਰਿਟੀਸਿਜ਼ਮ ਕ੍ਰਿਟਿਸਿਜ਼ਮ ਵਿੱਚ ਇਹ ਫਸਟ ਕ੍ਰਿਟਿਸਿਜ਼ਮ ਹੈ ਕਿ ਕਾਰਡੀਨਲ ਮੈਜ਼ਰਮੈਂਟਸ ਆਫ ਯੂਟਿਲਿਟੀ ਇਜ਼ ਨਾਟ ਪੋਸੀਬਲ ਕਿ ਯੂਟਿਲਿਟੀ ਨੂੰ ਅਸੀਂ ਕਾਰਡੀਨਲਸ ਨੰਬਰ ਦੇ ਵਿੱਚ ਨਹੀਂ ਮੈਜ਼ਰ ਕਰ ਸਕਦੇ ਕਿ 1 2 3 ਦੀ ਫਾਰਮਸ ਦੇ ਵਿੱਚ ਸਾਨੂੰ ਆਪਣਾ ਸੈਟੀਸਫੈਕਸ਼ਨ ਲੈਵਲ ਨੂੰ ਅਸੀਂ ਕਾਰਡੀਨਲਸ ਨੰਬਰ ਵਿੱਚ ਨਹੀਂ ਮੈਜ਼ਰ ਕਰ ਸਕਦੇ ਨੈਕਸਟ ਇਜ਼ ਮਾਰਜਨਲ ਯੂਟਿਲਿਟੀ ਆਫ ਮਨੀ ਇਜ਼ ਨਾਟ ਕਨਸਟੈਂਟ ਕਿ ਮਨੀ ਦੀ ਜਿਹੜੀ ਮਾਰਜਨਲ ਯੂਟਿਲਿਟੀ ਉਹ ਕਨਸਟੈਂਟ ਨਹੀਂ ਹੁੰਦੀ ਕਿਉਂਕਿ ਉਹ ਚੇਂਜ ਹੁੰਦੀ ਰਹਿੰਦੀ ਆ ਨੈਕਸਟ ਇਜ਼ ਐਵਰੀ ਕਮੋਡਿਟੀ ਇਜ਼ ਨਾਟ ਐਨ ਇੰਡੀਪੈਂਡੈਂਟ ਕਮੋਡਿਟੀ ਲੋਅ ਇਸ ਲੋਅ ਦੇ ਵਿੱਚ ਜੇ ਹਮ ਕੀਤਾ ਗਿਆ ਸੀ ਕਿ ਜਿਹੜਾ ਇੱਕ ਕਾਮੋਡੀਟੀ ਤੋਂ ਮਿਲਣ ਵਾਲੀ ਯੂਟਿਲਿਟੀ ਦੂਸਰੀ ਕਾਮੋਡੀਟੀ ਤੋਂ ਮਿਲਣ ਵਾਲੀ ਯੂਟਿਲਿਟੀ ਤੋਂ ਇੰਡੀਪੈਂਡੈਂਟ ਹੁੰਦੀ ਆ ਬਟ ਇੱਕ ਕਾਮੋਡੀਟੀ ਤੋਂ ਜਿਹੜੀ ਯੂਟਿਲਿਟੀ ਮਿਲਦੀ ਆ ਦੂਸਰੀ ਕਾਮੋਡੀਟੀ ਤੋਂ ਮਿਲਣ ਵਾਲੀ ਯੂਟਿਲਿਟੀ ਤੋਂ ਇੰਡੀਪੈਂਡੈਂਟ ਨਹੀਂ ਹੁੰਦੀ ਨੈਕਸਟ ਇਸ ਮਾਰਜਨਲ ਯੂਟਿਲਿਟੀ ਕੈਨ ਕੈਨੋਟ ਬੀ ਐਸਟੀਮੇਟਡ ਇਨ 올 ਕੰਡੀਸ਼ਨਸ ਇਸ ਲੋਬਿਟੇਜ਼ੀਅਮ ਕੀਤਾ ਜਾਂਦਾ ਸੀ ਕਿ ਗੁੱਡ ਸਾਰੇ ਡਿਵੀਜ਼ੀਬਲ ਆ ਬਟ ਸਮ ਗੁੱਡਸ ਇਦਾਂ ਹੀ ਹੁੰਦੀਆਂ ਜਿਨ੍ਹਾਂ ਨੂੰ ਡਿਵੀਜ਼ੀਬਲ ਡਿਵਾਈਡ ਨਹੀਂ ਕੀਤਾ ਜਾ ਸਕਦਾ ਡਿਵੀਜ਼ੀਬਲ ਨਹੀਂ ਹੁੰਦੀਆਂ ਫੋਰ ਐਗਜ਼ਾਮਪਲ ਐਲਈਡਜ਼ ਹੋ ਗਿਆ ਟੀਵੀ ਰੈਫਰिजरेटर ਐਕਸੈਟਰਾ ਵਗੈਰਾ ਉਹਨ ਕੇਸਸ ਤੇ ਵੇਤੇ ਲਾ ਐਪਲੀਕੇਬਲ ਨਹੀਂ ਹੁੰਦਾ ਨੈਕਸਟ ਇਜ਼ ਅਨਰੀਅਲਿਸਟਿਕ ਅਸਮਪਸ਼ਨ ਇਸ ਜਿਹੜਾ ਲਾ ਆਫ ਡਿਮਿਨਿਸ਼ਿੰਗ ਮਾਰਜਨਲ ਯੂਟਿਲਿਟੀ ਆ ਬਹੁਤ ਸਾਰੀਆਂ ਅਨਰੀਅਲਿਸਟਿਕ ਅਸਮਪਸ਼ਨਸ ਤੇ ਬੇਸਡ ਆ ਫਰਸਟ ਵਨ ਇਜ਼ ਲਾਈਕ ਟੇਸਟ ਹੈਬਿਟਸ ਫੈਸ਼ਨ ਇਨਕਮ ਇਹ ਸਾਰੀਆਂ ਅਸਿਊਮ ਕਰਦੇ ਕਿ ਇਹ ਕਨਸਟੈਂਟ ਰਹਿੰਦੀਆਂ ਬਟ ਐਕਚੁਅਲ ਲਾਈਫ ਵਿੱਚ ਇਹ ਸਾਰੀਆਂ ਕਨਸਟੈਂਟ ਨਹੀਂ ਹੁੰਦੀਆਂ ਪਰਸਨ ਦੀ ਇਨਕਮ ਫੈਸ਼ਨ ਟੇਸਟ ਦੇ ਵਿੱਚ ਚੇਂਜ ਹੁੰਦਾ ਹੈ